कि मैं गरीब हो सकता है, गरीब परिवार से हो सकता है, लेकिन कमजोर नहीं है। चाहे वो सुखबीर है, चाहे मजीठिया, चाहे प्रकाश सिंह बादल है, ये राजनीतिक शीशे के बीच में हर चीज को देखते हैं। इन्हों पंथ के नाल कोई सरोकार नहीं है। सारे मसले हल करेंगे। बेअदबी का मसला सीधे राह पै गया। तुसीं दसो पिछले 44 तो 50 दिन इस सरकार ने बेअदबी दे इंसाफ दी दिशा विच ते नशे दी रिपोर्ट खोलण दी दिशा विच किहड़ा रुझान विखाया? नवजोत सिंह सिद्धू दे तिखे निशानियां तो बाद मुख्यमंत्री चन्नी भी बड़का मार रहे ने। कहिंदे मेरे च जिन्नी ताकत है सारी झोंक दऊंगा, मैं गरीब परिवार तो हो सकदा पर मैं कमजोर नहीं हाँ। अपने हल्के चमकौर साहब दे विच अज पहुंचे हुए सी, लोकां तो पुछया कि मैं काम कीता है जां नहीं कीता। लोकां ने भी हाथ खड़े करके हामी भरी है, जां कह सकदे आ कि मुख्यमंत्री चन्नी ने लोकां तो हाथ खड़े करके हामी भरवाई है कि दसो मैं काम करदा हाँ जां नहीं करदा। सो कहा जा सकदा है कि पंजाब कांग्रेस दे प्रधान नवजोत सिंह सिद्धू दे निशानियां तो बाद पंजाब दे मुख्यमंत्री चरणजीत सिंह चन्नी भी हमलावर हो गए ने। चमकौर साहब पहुंचे चन्नी ने, जिथे सिद्धू दे इल्जामां दा जवाब दिता है उत्थे अकालियां नूं भी रगड़े लाए ने। सिद्धू ने दो मुद्दियां दी कल गल कीती सी, बेअदबी ते नशा, कि जे दोवें हल ना होए तां तुहाडा हशर वी कैप्टन वाला ही होऊगा। ते दोवें मुद्दियां ते चरणजीत सिंह चन्नी ने जवाब दे दित्ते ने। ਕਹਿੰਦੇ ਨਸ਼ਿਆਂ ਦਾ ਮਸਲਾ ਹੱਲ ਕੀਤਾ ਜਾਊਗਾ, ਨਾ ਤਾਂ ਕਹਿੰਦੇ ਮੈਂ ਸੌਣਾ, ਨਾ ਮੈਂ ਉਹਨਾਂ ਨੂੰ ਸੌਣ ਦੇਣਾ ਜਿਹੜੇ ਨਸ਼ਾ ਵੇਚ ਕੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ। ਅਤੇ ਜਿਹੜਾ ਸਿੱਧੂ ਨੇ ਕਿਹਾ ਸੀ ਕਿ ਜੇ ਰਿਪੋਰਟ ਹੈ ਜਿਹੜੀ ਐਸ ਟੀ ਐਫ ਦੀ ਉਹ ਜਨਤਕ ਕਰਨ ਦੀ ਹਿੰਮਤ ਨਹੀਂ ਹੈਗੀ ਤਾਂ ਮੈਨੂੰ ਜ਼ਿੰਮਾ ਦੇ ਦਿਓ, ਮੈਂ ਜਨਤਕ ਕਰੂੰਗਾ। ਤਾਂ ਚੰਨੀ ਨੇ ਪੱਕੇ ਪੈਰੀਂ ਜਵਾਬ ਦਿੱਤਾ ਇਸ ਵਾਰੀ, ਕਹਿੰਦੇ ਐਸ ਟੀ ਐਫ ਦੀ ਰਿਪੋਰਟ ਹੈ ਜਿਹੜੀ ਉਹ 18 ਨਵੰਬਰ ਨੂੰ ਖੁੱਲ੍ਹ ਜਾਏਗੀ, ਅਗਲੀ ਸੁਣਵਾਈ ਹੋਣੀ ਹੈ 18 ਨਵੰਬਰ ਨੂੰ, ਉਦੋਂ ਕਹਿੰਦੇ ਖੁੱਲ੍ਹ ਜਾਏਗੀ। ਬੇਅਦਬੀ ਦੇ ਮਸਲੇ ਦੇ ਉੱਤੇ ਵੀ ਦੋ ਟੁੱਕ ਜਵਾਬ ਹੈ ਜਿਹੜਾ ਉਹਨਾਂ ਨੇ ਦਿੱਤਾ ਹੈ। ਕਹਿੰਦੇ ਬੇਅਦਬੀ ਦਾ ਮਸਲਾ ਹੱਲ ਕਰਕੇ ਰਹਾਂਗੇ, ਪਰ ਜੇ ਇਸ ਮਸਲੇ ਦੀ ਜ਼ਮੀਨੀ ਹਕੀਕਤ ਵੱਲ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਅੜਿੱਕੇ ਹੈਗੇ ਨੇ। ਭਾਵੇਂ ਸਿੱਟ ਹੈ ਜਿਹੜੀ ਉਹ ਜਾਂਚ ਕਰ ਰਹੀ ਹੈ, ਸਿੱਟ ਨੂੰ ਇਜਾਜ਼ਤ ਵੀ ਮਿਲ ਗਈ ਹੈ ਰਾਮ ਰਹੀਮ ਤੋਂ ਪੁੱਛ ਗਿੱਛ ਕਰਨ ਦੀ, ਪਰ ਉਹ ਉਦੋਂ ਪਤਾ ਲੱਗਣਾ ਜਦੋਂ ਸਿੱਟ ਨੇ ਜਾਣਾ ਕਿ ਜੇਲ੍ਹ ਪ੍ਰਸ਼ਾਸਨ ਹੈ ਜਿਹੜਾ ਰੋਹਤਕ ਦੀ ਸੁਨਾਰੀਆ ਜੇਲ੍ਹ ਦਾ, ਉਹ ਇਜਾਜ਼ਤ ਦੇਵੇਗਾ ਰਾਮ ਰਹੀਮ ਤੋਂ ਪੁੱਛ ਗਿੱਛ ਕਰਨ ਦੀ ਜਾਂ ਨਹੀਂ। ਦੂਸਰਾ ਵੱਡਾ ਜਿਹੜਾ ਕਲਪ੍ਰਿਟ ਸੁਮੇਧ ਸੈਣੀ ਸੀ, ਸੁਮੇਧ ਸੈਣੀ ਉਸ ਵਕਤ ਪੰਜਾਬ ਦਾ DGP ਹੁੰਦਾ ਸੀ। ਸੁਮੇਧ ਸੈਣੀ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਜਾਂਚ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ। ਸੋ ਇਹੋ ਜਿਹੜੇ ਅੜਿੱਕੇ ਹੈਗੇ ਨੇ ਉਹਨਾਂ ਦੇ ਦਰਮਿਆਨ ਬੇਅਦਬੀ ਦਾ ਮਸਲਾ ਹੱਲ ਕਰਕੇ ਰਹਾਂਗੇ। ਮੁੱਖ ਮੰਤਰੀ ਦਾ ਇਹ ਬਿਆਨ ਹੈ ਜਿਹੜਾ ਉਹ ਕਿੰਨੇ ਕੁ ਮਾਇਨੇ ਰੱਖਦਾ ਹੈ, ਕੀ ਇਸ ਦੀ ਹਕੀਕਤ ਹੈ, ਇਹ ਖੋਖਲਾ ਤਾਂ ਨਹੀਂ ਹੈਗਾ? ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਖੜੇ ਹੁੰਦੇ ਨੇ। ਮੇਰੇ ਜਿੰਨੀ ਤਾਕਤ ਹੈ, ਮੈਂ ਪਿਛਲੇ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਕਿਹਾ ਸੀ ਵੀ ਇੱਕ ਵਾਰ ਸਿੰਘਾਂ ਨੂੰ ਹੱਥ ਪੈ ਲੈਣ ਦਿਓ, ਫਿਰ ਜੋ ਕਹੋਗੇ ਉਹ ਕਰਨਾ। ਹੋ ਰਿਹਾ ਕਿ ਨਹੀਂ ਚਮਕੌਰ, ਜੋ ਤੁਸੀਂ ਕਹਿੰਦੇ ਇੱਕ ਇੱਕ ਕੰਮ ਹੋ ਰਿਹਾ ਕਿ ਨਹੀਂ, ਹੱਥ ਖੜੇ ਕਰਕੇ ਦੱਸੋ ਜੇ ਹੋ ਰਹੇ ਸਾਰੇ ਕੰਮ। ਸਾਰੇ ਮਸਲੇ ਹੱਲ ਕਰਾਂਗੇ। ਬੇਅਦਬੀ ਦਾ ਮਸਲਾ ਸਿੱਧੇ ਰਾਹ ਪੈ ਗਿਆ। SIT ਵਾਲਿਆਂ ਨੇ ਜੋ ਕਰਨਾ ਕਾਨੂੰਨ ਨੇ ਕਰਨਾ, ਜੱਜ ਤੋਂ ਪਰਮਿਸ਼ਨ ਲੈ ਲਈ ਹੈ ਬਾਬਾ ਤੱਕ ਪਹੁੰਚਣ ਦੀ। ਹਾਈ ਕੋਰਟ ਨੂੰ ਉਹਨੇ ਅਪੀਲ ਕਰੀ ਕਿ ਜੀ ਨਹੀਂ ਹੋਣਾ ਚਾਹੀਦਾ। ਹਾਈ ਕੋਰਟ ਤੋਂ ਸਾਡੇ ਵਕੀਲ ਜਿੱਤ ਗਏ, ਉਹਨਾਂ ਨੇ ਜੇਲ੍ਹ ਵਿੱਚ ਜਾ ਕੇ ਪੁੱਛਣ ਦਾ ਇਜਾਜ਼ਤ ਦੇ ਦਿੱਤੀ ਹੈ। ਨਾ ਬੇਅਦਬੀ ਦਾ ਮਸਲਾ ਰਹੇਗਾ, ਮੇਰੇ ਗੁਰੂ ਦਾ ਮਸਲਾ ਹੈ, ਪੰਜਾਬ ਦੀ ਰੂਹ ਦਾ ਮਸਲਾ ਹੈ, ਇਹਨੂੰ ਹੱਲ ਕਰਕੇ ਦੇਵਾਂਗੇ। ਨਾ ਨਸ਼ਿਆਂ ਦਾ ਰਹੇਗਾ, ਸਾਡੇ ਨਸ਼ਿਆਂ ਵਾਲੀ ਪਹਿਲ ਪਿਛਲੇ 5-6 ਸਾਲਾਂ ਤੋਂ ਬਾਦਲਾਂ ਨੇ ਵੀ ਸਾਡੇ ਵਾਲਿਆਂ ਨੇ ਵੀ ਰੋਲੀ ਰੱਖੀ, ਸਾਡੇ ਵਕੀਲਾਂ ਨੇ, ਆਪਣੀ ਸਰਕਾਰ ਦੇ ਵਕੀਲਾਂ ਨੇ ਦੁਬਾਰੇ ਤੋਂ ਖੁੱਲ੍ਹਣ ਵਾਸਤੇ ਬਹਿਸਾਂ ਕਰ ਲਈਆਂ, ਲਗਾਤਾਰ ਕੇਸ ਚੱਲ ਰਹੇ ਹੈ। ਪਰਮਾਤਮਾ ਨੇ ਚਾਹਿਆ ਤਾਂ 18 ਤਰੀਕ ਨੂੰ ਇਹ ਫਾਈਲ ਖੁੱਲ੍ਹ ਜਾਣੀ ਹੈ, ਲਫਾਫਾ ਜਿਹੜਾ ਬਣ ਜਾ ਉਹਦੇ ਤੋਂ ਪਤਾ ਲੱਗਣਾ ਕਿਹੜੇ ਕਿਹੜੇ ਹੈ। ਤੇ ਨਾ ਮੈਂ ਸੌਣ ਲੈਣ, ਨਾ ਮੈਂ ਉਹਨਾਂ ਨੂੰ ਸੌਣ ਦੇਣਾ ਜਿਹੜਿਆਂ ਨੇ ਨਸ਼ਾ ਵੇਚ ਕੇ ਪੰਜਾਬ ਦੇ ਲੋਕਾਂ ਨੂੰ ਗਾਲਿਆ ਹੈ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਗਾਲੀ ਹੈ। ਹਿਸਾਬ ਕਿਤਾਬ ਇੱਕ ਹੀ ਦੇਣਾ ਪੈਣਾ, ਭੱਜਣ ਲੱਗੇ ਹੈ, ਭੱਜਣਾ ਇਹਨਾਂ ਨੇ, ਲੇਕਿਨ ਭੱਜੇ ਦੇ ਵੀ ਅਸੀਂ ਭੱਜਣ ਨਹੀਂ ਦੇਣੇ।
2017 च दो वड्डे मुद्दियां दे उत्ते एक सरकार ठां देने डिगी सी ते दूजी बनी सी। फिर साढ़े चार पौने पांच साल की जद्दोजहद के बाद उन्हां ही मुद्दियां दे उत्ते एक मुख्यमंत्री ठट्ठा सी लाया सी ते दूजा लाया सी लाया ते लाया ये भी उन्होंने दो मुद्दे ते सी। और वो दो मुद्दे हर पंजाबी दी आत्मा दी तांग ने हर पंजाबी आतुर है कि कौन इन्हों हल कर। जब तक साधन नहीं तद तक गोल तक नहीं पहुंचा जा सकता। तुसी दसो पिछले 44 तो 50 दिन इस सरकार ने बेअदबी दे इंसाफ दी दिशा विच ते नशे दी रिपोर्ट खोलण दी दिशा विच किहड़ा रुझान विखाया। इस मौके अपणियां दे हमलियां तो छलनी हो के मुख्यमंत्री भावुक भी नज़र आए। अंदरला दर्द छलकिया इस वारी उन्हां दा चेहरा जिहड़ा उह ते भी थोड़ी जी बेचैनी तां जरूर दिख रही सी, परेशानी जरूर दिख रही सी, परेशानी दीआं लकीरां दिख रहीआं सी। अगे जिहड़ा मुख्यमंत्री दा चेहरा हसू हसू करदा दिखदा हुंदा उह हर गल बड़े लाइट तरीके दे नाल करदे ने, पर इस वारी अजिहा कुछ नहीं दिख रहा सी। चन्नी ने कहा कि मैं गरीब हो सकदा, मैं गरीब परिवार तो हो सकदा, पर मैं कमज़ोर नहीं हाँ। ਜਿਹੜੇ ਵੀ ਮਸਲੇ ਨੇ ਉਹ ਸਿੰਘਾਂ ਨੂੰ ਹੱਥ ਪਾ ਕੇ ਕਰੂੰਗਾ ਤੇ ਇਸ ਤਰ੍ਹਾਂ ਮਸਲੇ ਹੱਲ ਕਰੂੰਗਾ ਕਿ ਘਰ ਘਰ ਦੇ ਵਿੱਚੋਂ ਆਵਾਜ਼ ਉੱਠੂਗੀ ਕਿ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ। ਹਾਲੇ ਮੁੱਖ ਮੰਤਰੀ ਦੇ ਆਪਣੇ ਮੂੰਹ ਦੇ ਵਿੱਚੋਂ ਕੱਢੇ ਜਿਹੜੇ ਬੋਲ ਹੈਗੇ ਨੇ ਜੋ ਉਹਨਾਂ ਨੇ ਬੋਲੇ ਨੇ ਕਿ ਮੈਂ ਗਰੀਬ ਹੋ ਸਕਦਾ ਹੈ, ਗਰੀਬ ਪਰਿਵਾਰ ਚ ਹੋ ਸਕਦਾ ਹੈ, ਲੇਕਿਨ ਕਮਜ਼ੋਰ ਨਹੀਂ ਹੈ। ਜੋ ਵੀ ਮਸਲੇ ਹੈ ਇਹ ਜਿਹੜਾ ਸਿੰਘਾਂ ਨੂੰ ਹੱਥ ਪਿਆ ਨਾ, ਇੰਨਾ ਤਕੜਾ ਪਾ ਕੇ ਬਚਾਅ ਦੇ ਮਸਲੇ ਹੱਲ ਕਰਾਂਗਾ ਕਿ ਘਰ ਘਰ ਦੇ ਵਿੱਚ ਲੋਕ ਕਹਿਣਗੇ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਨਾ ਮਸਲੇ। ਇਹ ਸਾਨੂੰ ਭਰਮਾਉਂਦੇ, ਸਾਨੂੰ ਉਕਸਾਉਂਦੇ, ਸਾਨੂੰ ਲੜਾਉਂਦੇ ਜਾਤੀਵਾਦ ਦੇ ਨਾਂ ਪਰ, ਧਰਮ ਦੇ ਨਾਂ ਪਰ। ਮੈਂ ਦਿੱਲੀ ਦੇ ਵਿੱਚ ਗਿਆ, ਉਹ ਮਨਿਸਟਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੁੱਖ ਮੰਤਰੀ ਜਿਹੜਾ ਮਰਜ਼ੀ ਬਣ ਜਾਵੇ ਕੋਈ ਪਾਰਟੀ ਆਵੇ ਮੈਨੂੰ ਕੋਈ ਚੋੜ ਨਹੀਂ, ਲੇਕਿਨ ਹੱਥ ਜੋੜ ਕੇ ਬੇਨਤੀ ਹੈ ਮੇਰੇ ਪੰਜਾਬ ਦੇ ਵਿੱਚ ਧਾਰਮਿਕ ਦੰਗੇ ਨਾ ਹੋਣ, ਏਕਤਾ ਰਹੇ ਲੋਕਾਂ ਦੇ ਵਿੱਚ, ਇਹ ਕਰ ਦਿੱਤੇ ਭਾਰਤ ਸਤਿਕਾਰਯੋਗ ਵੀਰੋ। ਸਿੱਧੂ ਤੋਂ ਬਾਅਦ ਵਾਰੀ ਆਈ ਅਕਾਲੀ ਦਲ ਦੀ। ਮੁੱਖ ਮੰਤਰੀ ਚੰਨੀ ਨੇ ਅਕਾਲੀ ਦਲ ਤੇ ਵੀ ਨਿਸ਼ਾਨਾ ਕਸਿਆ, ਚੰਗਾ ਕਸਿਆ। ਕਹਿੰਦੇ ਹਰੇਕ ਚੀਜ਼ ਨੂੰ ਸਿਆਸੀ ਸ਼ੀਸ਼ੇ ਦੇ ਵਿੱਚੋਂ ਵੇਖਦੇ ਨੇ, ਇਹਨਾਂ ਨੂੰ ਪੰਥ ਦੇ ਨਾਲ ਕੋਈ ਸਰੋਕਾਰ ਨਹੀਂ ਹੈ, ਇਹ ਆਪਣੇ ਹਿੱਤਾਂ ਦੇ ਲਈ ਬੇਅਦਬੀ ਵੀ ਕਰਵਾ ਸਕਦੇ ਨੇ। ਕਹਿੰਦੇ ਇਹਨਾਂ ਨੇ 10 ਸਾਲ ਚਮਕੌਰ ਸਾਹਿਬ ਦੇ ਥੀਮ ਪਾਰਕ ਦਾ ਕੰਮ ਰੋਕ ਕੇ ਰੱਖਿਆ, ਹੁਣ ਅਸੀਂ ਇਸ ਥੀਮ ਪਾਰਕ ਦਾ ਉਦਘਾਟਨ ਕਰਾਂਗੇ 14 ਨਵੰਬਰ ਨੂੰ। ਚੰਨੀ ਨੇ ਚਮਕੌਰ ਸਾਹਿਬ ਵਾਸੀਆਂ ਦਾ ਖਾਸ ਧੰਨਵਾਦ ਵੀ ਕੀਤਾ। ਆਪਣੇ ਇਲਾਕੇ ਦੇ ਵਿੱਚ ਜਦੋਂ ਜਾਂਦੇ ਨੇ ਗੱਲਬਾਤ ਕਰਦੇ ਨੇ ਤਾਂ ਉਹਨਾਂ ਦਾ ਲਹਿਜ਼ਾ ਕੁਛ ਵੱਖਰਾ ਹੁੰਦਾ ਹੈ, ਜ਼ਾਹਿਰ ਤੌਰ 'ਤੇ ਆਪਣੇ ਇਲਾਕੇ ਨਾਲ ਆਪਣੇ ਪਿੰਡ ਸ਼ਹਿਰ ਦੇ ਨਾਲ ਅਪਣੱਤ ਹੁੰਦੀ ਹੈ ਹਰ ਇੱਕ ਇਨਸਾਨ ਦੀ, ਉਸੇ ਤਰ੍ਹਾਂ ਮੁੱਖ ਮੰਤਰੀ ਨੂੰ ਵੀ ਹੈ। ਕਹਿੰਦੇ ਤੁਸੀਂ ਮੈਨੂੰ ਜਹਾਜ਼ੇ ਚੜ੍ਹਨ ਦਾ ਮੌਕਾ ਦਿੱਤਾ, ਤੁਸੀਂ ਮੇਰੇ ਹੱਥਾਂ ਦੀਆਂ ਲਕੀਰਾਂ ਬਦਲ ਦਿੱਤੀਆਂ। ਚਾਹੇ ਉਹ ਸੁਖਬੀਰ ਹੈ, ਚਾਹੇ ਮਜੀਠੀਆ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੈ, ਇਹ ਰਾਜਨੀਤਿਕ ਸ਼ੀਸ਼ੇ ਦੇ ਵਿੱਚ ਨੂੰ ਹਰ ਚੀਜ਼ ਨੂੰ ਦੇਖਦੇ ਹੈ। ਇਹਨਾਂ ਨੂੰ ਪੰਥ ਦੇ ਨਾਲ ਕੋਈ ਸਰੋਕਾਰ ਨਹੀਂ ਹੈ, ਇਹ ਕੁਛ ਨਹੀਂ ਸਮਝਦੇ ਪੰਥ ਨੂੰ, ਇਹ ਬੇਅਦਬੀਆਂ ਵੀ ਕਰਾ ਦਿੰਦੇ ਹੈ, ਇਹ ਆਪਣੀ ਰਾਜਨੀਤੀ ਸਹੀ ਰੱਖਣਾ ਚਾਹੁੰਦੇ ਹੈ, ਇਹ ਰਾਜ ਦੀ ਕੁਰਸੀ ਤੇ ਬੈਠ ਕੇ ਉਹ ਘੜਾਉਣੇ ਹਰਕਤਾਂ ਕਰਾਉਂਦੇ ਹੈ ਜਿਹੜੀਆਂ ਦੇਖੀਆਂ ਤੇ ਸੁਣੀਆਂ ਨਹੀਂ ਜਾ ਸਕਦੀਆਂ।
मुख्यमंत्री चरणजीत सिंह चन्नी ने अज चमकौर साहब अधीन पेंदे सतलुज दरिया के बेला पनियाली पुल का नींह पत्थर रखिया। कहिंदे अज मैं मेरा परिवार मेरी कुल ते मेरा हलका बहुत खुश है, हलके की मंग पूरी हुई है। इस पुल बनाउण दा कहिंदे मेरा सुपना हुंदा सी जिहड़ा हुण पूरा हो गया। तो इस सुपने नूं पूरा करन दे लई उन्हां ने खजाना मंत्री मनप्रीत बादल का भी धन्नवाद किया। कहिंदे ये खजाना मंत्री ने अपरूवल जिहड़ी दित्ती है उस तों बाद ही ये पुल का काम है एक साल दे विच पूरा होगा। 1.25 करोड़ रुपये जारी किए गए ने। 10 साल थीम पार्क का काम रोक के रखा। मैं खुशी है कि हम पूरा हो जा रहा है। इसे 14 तारीख को आप उद्घाटन कर रहे हैं। मैं अपना पूरा खून पसीना लगा के एक शानदार थीम पेश की है जी। 14 तारीख को ऐसी पार्क को समर्पित करा। पहला बेले का पुल नहीं है, छोटे भरावां हरिमंदर साहब पटियाले दे नाल जोड़न वास्ते इहदी बड़ी जरूरत। इहदे नाल साडे हलके दी तरक्की दा राह खुलणा है, साडे इंडस्ट्री आउणी है, साडे जीटी रोड बणना है। सारे पंजाब ने इस रास्ते नूं होके दिल्ली जाए करना है। साडे आमदन दे साधन बदणे है। ऐसी दरिया तों पार दे लोकां दे नाल टुटे होए सी असीं, उह जुड़ना है। इहदी बहुत वड्डी जरूरत सी। इहदे वास्ते जे एक बंदे नूं किसे नूं फेरा देना होवे तां ओह सरदार मनप्रीत सिंह बादल। दरअसल जिहड़ा इह पुल हैगा इह खासा महत्वपूर्ण है इस इलाके दे लोकां दे लई, क्योंकि मीह करके सतलुज दरिया दे विच जदों ज़्यादा पानी भर जांदा सी तां लोकां दा किश्ती राहीं आउणा जाणा वी इत्थे बंद हो जांदा। चमकौर साहिब हलके दे किसानां दी जमीन वी सतलुज दरिया दे पार नवां शहर जिले दे विच पैंदी है, ते दरिया नूं किश्ती राहीं पार करके ही किसान खेतां नूं आउंदे जांदे ने, ते होर कम्मां दे लई वी लोक नवां शहर जाण दे लई किश्ती दा सहारा लैंदे ने। ते हुण लोकां नूं लगता है कि यह पुल बन दे नाल इन्हां दी समस्या हल हो जाएगी। सो अज भी पंजाब दे विच इहो जिहे इलाके हैगे ने जिहड़े दुनिया दे नालों टुटे हुए ने, इहो जिहे पिंड हैगे ने जिहड़ा जिन्हां दा दुनिया दे नाल कनैक्शन होना बहुत औखा हैगा आ। ते किवें दरिया पार करके किसान खेतां विच जांदे ने, ते दरिया पार करके ही लोक होर कम्मां दे लई शहर नूं जांदे ने। सो यह जिहड़ा मुख्यमंत्री चरणजीत सिंह चन्नी दा संबोधन है, उस तों इक दिन पहलां नवजोत सिंह सिद्धू संबोधन, उस तो एक गल तो साफ है कि दोवां दे विच कुछ भी चंगा नहीं है। कल्ले चन्नी ते सिद्धू दी गल नहीं, पंजाब कांग्रेस दे अंदर किते भी कुछ चंगा दिखाई नहीं दे रहा। अज किसी दा समझौता हो जांदा है, कल नूं किसी दी लड़ाई हो जांदी है। सो इत्थे जिहड़ा चरणजीत सिंह चन्नी ने दो मुद्दे नशे ते बेअदबी दे मुद्दे ते ठोकवें जवाब दित्ते ने, उस दे दो तीन अर्थ निकल सकदे ने कि एक तां पंजाब कांग्रेस दे प्रधान ने जिहड़े उह उहनां दे जिहड़े बयान हैगे ने उन्हां दे दबाव दे विच आ के मुख्यमंत्री काम कर रहे ने। दूसरा ये भी हो सकता है कि उन्होंने ऑलरेडी ये काम करने हुण पाइपलाइन दे विच हुण, ते दोवें लीडर एक दूसरे दे नाल खुंदक कढ़ रहे ने, खास करके नवजोत सिंह सिद्धू। ते तीसरा इत्थे पक्ष ये भी बनता है कि दोवें लीडर जे कट्ठे हो के काम कर देण तां उहदे विच की बुराई है। दोवां दे विच जो आपसी तलखियां चलियां आ रहियां ने उन्हां दा जिहड़ा जनतक तौर ते खुलासा जिहड़ा हो रिहा है लोकां दे सामने पार्टी दा जिहड़ा आधार है वह भी कमजोर हुंदा जा रहा है। तो यही काम जे काम करने ने चरणजीत सिंह चन्नी तो काम करवाने ही हैगे ने, चाहे दबा पा के करवाने ने, तो वह शायद प्यार नाल भी करवाए जा सकते हैं, आपसी तालमेल नाल भी करवाए जा सकते हैं, पर अंदर खाते की है वह ये लीडर ही सच जानते हैं कि हो सकता है कि कमां दे विच ढिल थोड़ी बहुत रह जाए, पर कांग्रेस के जिहड़े प्रधान ने वह प्रैशराइज करके काम करवा रहे हैं। धन्यवाद।